ਜਿਆਦਾ ਜਿਹੜੇ ਉਹਦੇ ਭਗਤ ਆ ਗਏ ਤੇ ਉਹੋ ਮਤਲਬ ਕਿ ਇਹ ਚੀਜ਼ ਨੂੰ ਇਹਦੀ ਗਲਤ ਦਰਬਾਰਤ ਤੋਂ ਕਰ ਰਿਹਾ ਦੇਖੋ ਕਿ ਗੁਰਬਾਣੀ ਦੇ ਵਿੱਚ ਵੀ ਜਿਹੜੇ ਆਖੋ ਮੋਦੀ ਕੀ ਸਾਰਿਆਂ ਨੂੰ ਰਿਜਕ ਦਾ ਦਾਤਾ ਇੱਕ ਵਿਸ਼ਨੂੰ ਜਾਂ ਮੋਦੀ ਆਹ ਧਿਆਨ ਨਾਲ ਦੇਖੋ ਜੀ ਰੋਜੀ ਦੇਣ ਵਾਲਾ ਕਿਹਾ ਸੀ ਵੀ ਦੇਖੋ ਸੰਤ ਸਾਜਣ ਭੈਸਰਾ ਸਿਰ ਪੂਰੇ ਗੁਰਤੇ ਜਾਣੀ ਇਹਦੇ ਗਲਤ ਅਰਥ ਕਰਕੇ ਆਪਦੇ ਨਾਲ ਜੋੜਦੇ ਸੀ ਕਹਿੰਦੇ ਦੇਖੋ ਗੁਰਬਾਣੀ ਵਿੱਚ ਦੇਖੋ ਸਾਡੇ ਸਰਸੇ ਦਾ ਜ਼ਿਕਰ ਆ ਸਾਡੇ ਪਿਤਾ ਜੀ ਦਾ ਜ਼ਿਕਰ ਆ ਕੌਮ ਨੂੰ ਖਤਮ ਕਰਨ ਦੇ ਲਈ ਜਾਂ ਸਾਡੀਆਂ ਜਿਹੜੀਆਂ ਮਾਨਮੱਤੀਆਂ ਪ੍ਰਾਪਤੀਆਂ ਨੇ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਬਖਸ਼ਿਆ ਹੋਇਆ ਹੈ ਉਹਨਾਂ ਤੋਂ ਦੂਰ ਕਰਨ ਦੀ ਕੋਈਆਂ ਚਾਲਾਂ ਨਹੀਂ ਸਾਡੀ ਕੌਮ ਦੀਆਂ ਜੜਾਂ 'ਚ ਢੇਲ ਦੇਣ ਦੀ ਕਿਸੇ ਦਾ ਨਾਮ ਕਿਸੇ ਦਾ ਸਰਨੇਮ ਕਿਸੇ ਦਾ ਤਖੱਲਸ ਮੋਦੀ ਹੋ ਸਕਦਾ ਜੀ ਜਿਵੇਂ ਅੱਜ ਮਤਲਬ ਕਿ ਜਿਹਨੇ ਭਾਰਤ ਨੂੰ ਸਾਰੇ ਨੂੰ ਸੂਲੀ ਤੇ ਟੰਗਿਆ ਹੋਇਆ ਇੱਕ ਜੱਬਲ ਕਿਸਮ ਦਾ ਜਿਹੜਾ ਬੰਦਾ ਇੱਥੇ ਪ੍ਰਧਾਨ ਮੰਤਰੀ ਬਣਿਆ ਹੋਇਆ ਨਰਿੰਦਰ ਮੋਦੀ ਤੇ ਸ਼ਾਹ ਵੀ ਇਹ ਸ਼ਬਦ ਸੱਜਣ ਸੱਚਾ ਪਾਤਸ਼ਾਹ ਸਤਿਖਾਹਾਂ ਦੇ ਸ਼ਾਹ ਉੱਥੇ ਤੁਹਾਨੂੰ ਕੋਈ ਮਿੱਤ ਸ਼ਾਹ ਨਾਲ ਜੋ ਗੱਲ ਬਾਂਪਾ ਦੀ ਸਾਰੀਆਂ ਗੱਲਾਂ ਬਹੁਤ ਵਧੀਆ ਲਿਖਿਆ ਉਹਨਾਂ ਨੇ ਇੱਕੋ ਪੁਆਇੰਟ ਦੇ ਵਿੱਚ ਸਾਰੇ ਸਾਡੇ ਸਿੱਖ ਸਿਧਾਂਤ ਤੇ ਗੁਰੂ ਸਾਹਿਬ ਦੀਆਂ ਕੁਰਬਾਨੀ ਤੇ ਖਾਟਾ ਮਾਰਦਾ ਤੇ ਬਾਬਾ ਫਤਿਹ ਸਿੰਘ ਜਵਾਬ ਦਿੰਦੇ ਕਹਿੰਦੇ ਮੈਂ ਸੋਚਿਆ ਵੀ ਕਿਤੇ ਤੂੰ ਕਬਰਾਂ ਆ ਗਿਆ ਡਰ ਗਿਆ ਜ਼ੁਲਮ ਹੁੰਦਾ ਵੇਖ ਕੇ ਬਾਬਾ ਤੇ ਲੋਕਾਂ ਵਰਸ ਨੂੰ ਕਹਿੰਦੇ ਨੇ ਆ ਤੇ ਵੱਡੇ ਵੀਰ ਨੂੰ ਕਿ ਘਬਰਾਉਣਾ ਨਹੀਂ ਡਰਨਾ ਨਹੀਂ ਅਸੀਂ ਹਿੰਦੂਆਂ ਦੇ ਪੁੱਤਾਂ ਹਿੰਦੂਆਂ ਦੇ ਬੱਚੇ ਆ ਹਿੰਦੂਆਂ ਦੇ ਬੱਚੇ ਕਦੇ ਡਰਦੇ ਨਹੀਂ ਹੁੰਦੇ ਉਹ ਆ ਤਰੀਕੇ ਨਾਲ ਇਸੇ ਗੁਪਤ ਤਰੀਕੇ ਨਾਲ ਉਹ ਸਾਨੂੰ ਮਾਰ ਕਰਦੇ ਵੀ ਸਾਡੇ ਬੱਚਿਆਂ ਦੇ ਬ੍ਰੇਨ ਵਾਸ਼ ਕਰਨ ਦੇ ਲਈ ਸਰਕਾਰ ਦੇ ਨਾਂ ਤੇ ਸਿੱਕੀ ਭੇਸ ਵਿੱਚ ਹੀ ਹੋ ਜੇ ਬਾਬੇ ਜਿਹੜੇ ਸਰਕਾਰ ਦੇ ਨਾਂ ਤੇ ਸੰਸਕਾਰ ਦੇ ਨਾਂ ਤੇ ਇਹਨੇ ਬਹੁਮੁੱਲੇ ਕੀਮਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਜਿਹੜੇ ਅਗਨ ਭੇਟ ਕਰਤੇ ਛੱਡੀ ਕੌਮ ਨੂੰ ਉਹ ਗੈਰਾਂ ਤੇ ਕੀ ਗਿਲਾ ਬਾਪਤਾਂ ਦੇ ਪਾਤਸ਼ਾਹ ਤੇ ਰਿਆ ਸਰਦਾਰਾਂ ਨੇ ਖੁਦ ਹੀ ਰੋਲ ਦਿੱਤੀਆਂ ਸਰਦਾਰੀਆਂ ਕੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਚੁਣਨ ਦੇ ਲਈ ਵੀ ਕਿਹਨੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣ ਇਹਦੇ ਲਈ ਤੁਸੀਂ ਕੋਈ ਮਾਪਦੰਡ ਪੇਸ਼ ਕਰੋਗੇ ਬਾਦਲ ਪਰਿਵਾਰ ਦੇ ਜੁੱਤੀਆਂ ਜੱਟਣ ਕਰਕੇ ਇਹ ਜੀ ਵੀ ਜਿਹੜੇ ਮੈਂਬਰ ਬਣੇ ਹੋਏ ਨੇ ਕੀ ਕੰਮ ਚੱਲ ਰਿਹਾ ਕੰਮ ਕੀ ਹੋਣਾ ਚਾਹੀਦਾ ਲੜਾਈ ਪੰਜਾਬ ਕਿਹੜੀ ਲੜ ਰਿਹਾ ਜਿਵੇਂ ਆਪ ਨੇ ਕਿਹਾ ਮਤਲਬ ਉਹ ਕਿ ਪਿੰਡ ਉੱਜੜਦਾ ਜਾਵੇ ਪਿੰਡ ਨੂੰ ਅੱਗ ਲੱਗੀ ਕੰਬਲੀ ਨੂੰ ਗਿੱਦੇ ਸ਼੍ਰੋਮਣੀ ਕਮੇਟੀ ਦੇ ਸਕੂਲ ਕਾਲਜ ਘਾਟੇ ਜਾ ਰਿਹਾ ਵੱਧ ਤੋਂ ਵੱਧ ਹਰੇਕ ਪ੍ਰਚਾਰਕ ਦੀ ਆਫਰ ਕੋਡ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਪ੍ਰਚਾਰਕ 10 ਜਵਾਬ ਭਰਤੀ ਨਾ ਕਰਵਾਊਗਾ ਸਕੂਲ 'ਚ ਨਾ ਲਵਾਊਗਾ ਉਹਦੀ ਤਨਖਾਹ ਨਹੀਂ ਦੇਣੀ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜਬਜੀ ਸਾਹਿਬ ਦੀ ਪੰਕਤੀ ਏਕਾ ਮਾਈ ਜੁਗਤਿ ਵਿਹਾਈ ਤਿੰ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇਦੀ ਬਾਣ ਦੀ ਵਿਆਖਿਆ ਦੇ ਪ੍ਰਤੀ ਉਂਗਲ ਚੱਕੀ ਜਾ ਰਹੀ ਹੈ ਜਿਸ ਦੇ ਵਿੱਚ ਮੋਦੀ ਦਾ ਨਾਮ ਐਡ ਕਰਨ ਦੀ ਗਲਤ ਅਸੀ ਜਾ ਰਹੀ ਹੈ ਜਦੋਂ ਪੰਜਾਬੀ ਵਿਰਾਸਤ ਯੂਐਸਏ ਦੀ ਟੀਮ ਨੇ ਇਸ ਗਲਤੀ ਕੋ ਕੀਤੀ ਸਿੱਖ ਪੰਥ ਦੇ ਉੱਗੇ ਪ੍ਰਚਾਰਕ ਪਾਈ ਹਰਜੀਤ ਸਿੰਘ ਟਪਾਲੀ ਨਾਲ ਗੱਲਬਾਤ ਕੀਤੀ ਹੈ ਤਾਂ ਇਸ ਗੱਲ ਦੀ ਸੱਚਾਈ ਸਾਹਮਣੇ ਆਈ ਹੈ ਆਓ ਸੁਣਦੇ ਹਾਂ ਪਾਈ ਹਰਜੀਤ ਸਿੰਘ ਦੀ ਟਪਾਲੀ ਨਾਲ ਕੀਤੀ ਗੱਲਬਾਤ ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਜੁਆਇਸੇ ਚੈਨਲ ਮੈਂ ਰਜਿੰਦਰ ਸਿੰਘ ਸਭਰਾ ਔਰ ਅੱਜ ਦੇ ਸਮੇਂ ਦੇ ਦੌਰਾਨ ਜੇ ਗੱਲ ਕੀਤੀ ਜਾਵੇ ਤਾਂ ਜਿੱਥੇ ਸੋਸ਼ਲ ਮੀਡੀਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਇਹ ਜਾਣਕਾਰੀ ਦੇਣ ਵਾਸਤੇ ਇੱਕ ਵਧੀਆ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਨੇ ਆਪਣਾ ਜਿਹੜਾ ਕਾਰਗੁਜ਼ਾਰੀ ਵੀ ਕੀਤੀ ਪਰ ਜੇ ਦੂਜੇ ਪਾਸੇ ਦੇਖੀ ਜਾਵੇ ਤਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਨੇ ਇਦੇ ਵਿੱਚ ਵਿਗਾੜ ਵੀ ਪੈਦਾ ਕੀਤਾ ਆ ਉਹ ਵਿਗਾੜ ਦੇ ਪ੍ਰਤੀ ਅਸੀਂ ਗੱਲਬਾਤ ਜਿਹੜੀ ਆ ਇੱਕ ਅਹਿਮ ਵਿਸ਼ੇ ਦੇ ਉੱਪਰ ਕਰਨ ਲੱਗੇ ਆ ਸਾਡੇ ਨਾਲ ਜੁੜੇ ਨੇ ਭਾਈ ਹਰਜੀਤ ਸਿੰਘ ਟਪਾਲੀ ਸਿੱਖ ਕੌਮ ਦੇ ਉੱਗੇ ਪ੍ਰਚਾਰਕ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰ ਜੀ ਭਾਈ ਸਾਹਿਬ ਜੀ ਪਿਛਲੇ ਦਿਨਾਂ ਤੋਂ ਅਸੀਂ ਦੇਖ ਰਹੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਜਿਹੜੇ ਪਲੇ ਸਟੋਰ ਦੇ ਵਿੱਚ ਕੁਝ ਐਪ ਨੇ ਜਦਾਂ ਵਰਲਡ ਗੁਰਬਾਣੀ ਹੋ ਗਿਆ ਜਾਂ ਇਸ ਤਰ੍ਹਾਂ ਦੇ ਆਈ ਗ੍ਰੰਥ ਵਰਗੇ ਐਪ ਹੋ ਗਏ ਉਹਨਾਂ ਦੇ ਵਿੱਚੋਂ ਜਿਹੜਾ ਗੁਰਬਾਣੀ ਦਾ ਟਰਾਂਸਲੇਟ ਆ ਉਹ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਤਾਂ ਵੀਰ ਜੀ ਦੇਖੋ ਜਿਵੇਂ ਕਹਿ ਲੋ ਵੀ ਸਮੇਂ-ਸਮੇਂ ਤੇ ਆਪਾਂ ਪਹਿਲਾਂ ਜਿਵੇਂ ਆਪਾਂ ਸਾਡੇ ਸਿੱਖ ਇਤਿਹਾਸ ਦੀ ਗੱਲ ਕਰਦੇ ਆਂ ਜੀ ਤੇ ਸਿੱਖ ਇਤਿਹਾਸ ਦੇ ਵਿੱਚ ਬੜੇ ਵੱਡੇ ਪੱਧਰ ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਿੱਖੀ ਸਿਧਾਂਤਾਂ ਤੋਂ ਦੂਰ ਨੇ ਤੇ ਉਹਨਾਂ ਚ ਵਿਗਾੜ ਪਾਇਆ ਗਿਆ ਹੌਲੀ ਹੌਲੀ ਮਤਲਬ ਕਿ ਇਹ ਲੋਕ ਜਦੋਂ ਕੁਰਬਾਨੀ ਦੀ ਵਿਆਖਿਆ ਕਰਨ ਵਾਲੀ ਵਾਲੇ ਪਾਸੇ ਆਪਾਂ ਵੇਖਦੇ ਆਂ ਇਧਰਲੇ ਪਾਸੇ ਨੂੰ ਮਤਲਬ ਇਹਨਾਂ ਲੋਕਾਂ ਨੇ ਮੂੰਹ ਕੀਤਾ ਸਮਾ ਮਤਲਬ ਕਿ ਕੌਮ ਨੂੰ ਖਤਮ ਕਰਨ ਦੇ ਲਈ ਜਾਂ ਸਾਡੀਆਂ ਜਿਹੜੀਆਂ ਮਾਨਮੱਤੀਆਂ ਪ੍ਰਾਪਤੀਆਂ ਨੇ ਸਾਡੇ ਗੁਰੂ ਸਾਹਿਬਾਨ ਦੀਆਂ ਸਾਨੂੰ ਬਖਸ਼ੀਆਂ ਹੋਈਆਂ ਨੇ ਉਹਨਾਂ ਤੋਂ ਦੂਰ ਕਰਨ ਦੇ ਲਈ ਕੋਝੀਆਂ ਚਾਲਾਂ ਨੇ ਸਾਡੀ ਕੌਮ ਦੀਆਂ ਜੜਾਂ 'ਚ ਤੇਲ ਦੇਣ ਲਈ ਜੀ ਹਾਂਜੀ ਜਿਵੇਂ ਜਪਜੀ ਸਾਹਿਬ ਦੀ ਇੱਕ ਜਿਹੜੀ ਤੋਕ ਹੈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਵਾਇਰਲ ਹੋਏ ਹੋ ਰਹੀ ਹੈ ਉਹ ਵੀਡੀਓ ਦੇ ਵਿੱਚ ਜਿਹੜਾ ਗੁਰਬਾਣੀ ਦਾ ਗਲਤ ਟਰਾਂਸਲੇਟ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਇੱਕ ਆਮਾਈ ਯੁਗਤ ਵਿਆਹੀ ਤੇ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ ਔਰ ਅਸੀਂ ਚਾਹੁੰਦੇ ਕਿ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਪੂਰੀ ਤਰ੍ਹਾਂ ਦੱਸ ਵੀ ਦਿਓ ਕਿ ਇਹ ਜਿਹੜਾ ਸ਼ਬਦ ਕੀ ਹੈ ਇਹਦਾ ਟਰਾਂਸਲੇਟ ਕੀ ਕੀਤਾ ਜਾ ਰਿਹਾ ਆ ਔਰ ਕੀ ਕੀਤਾ ਜਾਣਾ ਚਾਹੀਦਾ ਆ ਦੇਖੋ ਜੀ ਗੁਰਨਾਨਕ ਪਾਸ਼ਾ ਦੇ ਘਰ ਦੀ ਮੱਤ ਆ ਜਿਹੜੀ ਉਹ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਤੋਂ ਜੀ ਗੁਰਨਾਨਕ ਪਾਸ਼ਾ ਨੇ ਮਨੁੱਖਤਾ ਨੂੰ ਇਹੋ ਉਪਦੇਸ਼ ਦਿੱਤਾ ਬਾਬੇ ਨਾਨਕ ਦਾ ਘਰ ਇਹੋ ਕਹਿੰਦਾ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਜੀ ਸੋ ਜਿਹੜੀ ਇਹ ਗੱਲ ਆ ਇਹ ਗੁਰਨਾਨਕ ਪਾਸ਼ਾ ਮਹਾਰਾਜ ਜਦੋਂ ਜਪਜੀ ਸਾਹਿਬ ਚ ਬਖਸ਼ਿਸ਼ ਕਰਦੇ ਨੇ ਸਮਝਾਉਂਦੇ ਨੇ ਹੁਣੋ ਦੇਖੋ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਸਿੱਧ ਗੋਸ਼ਟ ਬਾਣੀ ਪੜ੍ਹਦੇ ਆਂ ਤੇ ਸਿੱਧ ਗੋਸ਼ਟ ਬਾਣੀ ਵਿੱਚ ਵੀ ਪਾਸ਼ਾ ਨੇ ਜਿਹੜੀ ਵਿਚਾਰ ਚਰਚਾ ਕੀਤੀ ਆ ਦੂਸਰੀ ਮਤ ਵਾਲੇ ਲੋਕਾਂ ਨਾਲ ਜੀ ਤੇ ਉਹਨਾਂ ਲੋਕਾਂ ਦੀ ਵਿਚਾਰਧਾਰਾ ਜਿਹੜੀ ਸਵਾਲ ਰੂਪ ਦੇ ਵਿੱਚ ਆ ਉਹਦਾ ਵੀ ਜ਼ਿਕਰ ਕੀਤਾ ਉਹਦੇ ਵਿੱਚ ਬਾਬੇ ਨਾਨਕ ਨੇ ਫਿਰ ਆਪਣੇ ਜਵਾਬ ਦਿੱਤੇ ਨੇ ਜਿਹੜੀ ਗੁਰਮਤਿ ਆ ਬਾਬੇ ਨਾਨਕ ਦੇ ਦਿੱਤੇ ਹੋਏ ਜਵਾਬਾਂ ਵਿੱਚ ਆ ਜਿਵੇਂ ਸਿੱਧ ਗੋਸ਼ਟ ਬਾਣੀ 'ਚ ਇੱਕ ਪੰਗਤੀ ਆਉਂਦੀ ਹੈ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ ਜੀ ਗੋਰਖ ਪੂਤ ਲੋਹਾ ਰੀਪਾ ਬੋਲੇ ਜੋਗ ਜੁਗਤ ਵਿਦ ਸਾਈ ਇਹ ਉਹਨਾਂ ਦਾ ਸਵਾਲ ਆ ਵੀ ਸਾਡਾ ਲਾਈਫ ਸਟਾਈਲ ਇਹ ਆ ਸਾਡੀਆਂ ਮਨੋਤਾ ਇਹ ਨੇ ਵੀ ਤੀਰਥਾਂ ਤੇ ਨਹਾ ਕੇ ਸਾਰੇ ਮੈ ਪਾਪ ਉੱਤਰ ਜਾਂਦੇ ਆ ਸੁੱਖ ਦੀ ਪ੍ਰਾਪਤੀ ਹੁੰਦੀ ਆ ਹੁਣ ਬਿਲਕੁਲ ਇਸੇ ਸੰਦਰਭ 'ਚ ਆ ਪੰਜਾਬੀ ਸਾਹਿਬ ਦੇ ਜਿਹੜੇ ਇਹ ਪਾਵਨ ਬਚਨ ਨੇ ਗੁਰੂ ਨਾਨਕ ਪਾਸ਼ਾ ਮਹਾਰਾਜ ਜਦੋਂ ਆਪਣੇ ਪ੍ਰਚਾਰ ਫੇਰੀਆਂ ਦੌਰਾਨ ਧਾਰਮਿਕ ਲੋਕਾਂ ਨੂੰ ਮਿਲਦੇ ਨੇ ਸਨਾਤਨ ਮਤ ਦੀ ਵਿਚਾਰਧਾਰਾ ਵਾਲਿਆਂ ਨੂੰ ਮਿਲਦੇ ਨੇ ਤੇ ਗੁਰਨਾਨਕ ਪਾਸ਼ਾ ਉਹਨਾਂ ਨੂੰ ਸਵਾਲ ਕਰਦੇ ਨੇ ਵੀ ਭਾਈ ਤੁਸੀਂ ਦੱਸੋ ਵੀ ਆ ਜਿਹੜਾ ਸੰਸਾਰ ਵੈਗੁਰ ਪ੍ਰਮਾਤਮਾ ਨੇ ਸਿਰਜਿਆ ਹੋਇਆ ਢਾਂਚਾ ਇਹ ਕਿਵੇਂ ਚੱਲਦਾ ਤਾਂ ਉਹਨਾਂ ਲੋਕਾਂ ਨੇ ਕਿਹਾ ਸੀ ਵੀ ਅਸੀਂ ਤਾਂ ਅੱਜ ਤੱਕ ਇਹੋ ਪੜਿਆ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਇਹੋ ਦੱਸਿਆ ਗਿਆ ਸਾਡੇ ਆਗੂਆਂ ਨੇ ਧਾਰਮਿਕਾਂ ਨੇ ਇਹੋ ਦੱਸਿਆ ਵੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਵੀ ਸਤੇ ਤਿੰਨ ਦੇਵਤੇ ਤਿੰਨ ਸ਼ਕਤੀਆਂ ਮੰਨੀਆਂ ਹੋਈਆਂ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਵੀ ਸਾਡੇ ਮੁਤਾਬਕ ਉਹ ਜਿਹੜੀ ਸਨਾਤਨ ਮਤ ਦੇ ਲੋਕਾਂ ਨਾਲ ਜਿਹਨਾਂ ਨਾਲ ਵਿਚਾਰ ਚਰਚਾ ਉਹਨਾਂ ਦੀ ਮਨੌਤਾ ਗੁਰਨਾਕ ਪਾਸ਼ਾ ਕਹਿੰਦੇ ਦੁਨੀਆ ਚਾਹ ਮਨੌਤ ਚਲਦੀ ਆ ਇੱਕ ਇਹ ਫਿਰਕਾ ਇੱਕ ਤਰ੍ਹਾਂ ਦੇ ਲੋਕ ਨੇ ਜਿਹੜੇ ਕਹਿੰਦੇ ਨੇ ਇਸ ਸੰਸਾਰ ਨੂੰ ਪੈਦਾ ਕਰਨ ਵਾਲਾ ਇੱਕ ਬ੍ਰਹਮਾ ਦੇਵਤਾ ਹੈ ਤ੍ਰਿਮੂਰਤੀ ਦੀ ਜਿਹੜਾ ਕਨਸੈਪਟ ਸੀਗਾ ਹਿੰਦੂਇਜ਼ਮ ਦੇ ਵਿੱਚ ਤੇ ਇੱਕ ਜਿਹੜਾ ਹੈਗਾ ਦੁਨੀਆ ਨੂੰ ਰਿਜਕ ਦੇਣ ਵਾਲਾ ਵਿਸ਼ਨੂੰ ਭਗਵਾਨ ਹੈ ਜੀ ਤੇ ਇੱਕ ਇਸ ਸੰਸਾਰ ਨੂੰ ਖਤਮ ਕਰਨ ਵਾਲਾ ਦਿਵਾਨ ਲਾ ਕੇ ਫੈਸਲੇ ਸੁਣਾਉਣ ਵਾਲਾ ਕਚਹਿਰੀ ਲਾ ਕੇ ਮੌਤ ਦੇ ਬਰੰਟ ਕੱਢਣ ਵਾਲਾ ਮਹਾਦੇਵ ਸ਼ਿਵਜੀ ਦੇਵਤਾ ਉਹਨਾਂ ਦੀ ਜਿਹੜੀ ਮਨਉਤ ਇੱਥੇ ਖੜੀ ਆ ਕਿ ਬ੍ਰਹਮਾ ਜੀ ਦੁਨੀਆ ਨੂੰ ਪੈਦਾ ਕਰਦੇ ਆ ਵਿਸ਼ਨੂੰ ਜੀ ਦੁਨੀਆ ਨੂੰ ਰਿਜਕ ਦਿੰਦੇ ਆ ਅਤੇ ਜਿਹੜੇ ਸ਼ਿਵ ਜੀ ਨੇ ਮਹਾਦੇਵ ਨੇ ਉਹ ਮੌਤ ਦੇ ਬਰੰਟ ਕੱਢਦੇ ਨੇ ਪਰ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਉਹਨਾਂ ਦੀ ਇਹ ਗੱਲ ਦਾ ਜ਼ਿਕਰ ਕੀਤਾ ਪਾਤਸ਼ਾਹ ਕਹਿੰਦੇ ਇੱਕ ਕਿਸਮ ਦੇ ਲੋਕ ਨੇ ਇੱਕ ਮਨਉਤ ਇਹ ਆ ਉਹ ਮੰਨਦੇ ਆ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜਦਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮਤ ਦੀ ਮਤ ਕੀ ਆ ਜਿਵ ਤੇ ਸੁਭਾਵ ਹੈ ਤੇ ਵਹਿ ਚਲਾਵ ਹੈ ਜਿਵ ਹੋਵੇ ਫਰਮਾਨ ਪਾਸ਼ਾ ਕਹਿੰਦੇ ਸੱਚ ਇਹ ਆ ਵੀ ਕਾਇਨਾਤ ਨੂੰ ਕੋਈ ਦੇਵੀ ਦੇਵਤਾ ਨਹੀਂ ਚਲਾ ਰਿਹਾ ਕੋਈ ਬ੍ਰਹਮਾ ਵਿਸ਼ਨੂੰ ਮਹੇਸ਼ ਨਹੀਂ ਚਲਾ ਰਿਹਾ ਇਹ ਤਾਂ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਨੂੰ ਜਿਵੇਂ ਭੌਂਦਾ ਓਵੇਂ ਉਹਦੀ ਕਾਇਨਾਤ ਆ ਜਿਹੜੀ ਚੱਲ ਰਹੀ ਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਹ ਗੁਰਨਾਨਕ ਪਾਸ਼ਾ ਦੀ ਮੱਤ ਹੈ ਜਿਬ ਤੇ ਸੁਭਾਵ ਹੈ ਤੇ ਮੈਂ ਚਲਾਵਾਂ ਜਿਬ ਹੋ ਗਿਆ ਫਰਮਾਨ ਉਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਨ ਕਹਿੰਦੇ ਜਿਹੜੀਆਂ ਮਨੋਤਾਂ ਤੁਸੀਂ ਮੰਨੀ ਬੈਠੋ ਜਿਨ੍ਹਾਂ ਨੂੰ ਤੁਸੀਂ ਸਰਮੌਰ ਮੰਨੀ ਬੈਠੋ ਉਹਨਾਂ ਨੇ ਤਾਂ ਕਦੇ ਵਾਹਿਗੁਰੂ ਪਰਮਾਤਮਾ ਦੇ ਦਰ ਵੀ ਨਹੀਂ ਕੀਤੇ ਹੁਣ ਉਹ ਵੇਖਾ ਉਹਨਾਂ ਨਦਰ ਨਾ ਆਵੇ ਉਹਨਾਂ ਤੇ ਨਦਰ ਥੱਲੇ ਵੀ ਨਹੀਂ ਉਹਨਾਂ ਦੇ ਨਿਗਾਹ ਦਾ ਭਾਵ ਕਹਿਣ ਦਾ ਭਾਵ ਕਿ ਜਿਨ੍ਹਾਂ ਨੂੰ ਤੁਸੀਂ ਮੰਨੀ ਬੈਠਿਓ ਉਹ ਤਾਂ ਪਰਮਾਤਮਾ ਤੋਂ ਵਾਹਿਗੁਰੂ ਤੋਂ ਬੜੇ ਦੂਰ ਨੇ ਇਸ ਲਈ ਪਾਸ਼ਾ ਕਹਿੰਦੇ ਪਰਮਾਤਮਾ ਕਾਲਪੁਰਖ ਕਾਇਨਾਤ ਨੂੰ ਚਲਾਉਣ ਵਾਲਾ ਉਥੇ ਕਿਸੇ ਜਬਾਨੀ ਦਾ ਸਿੱਧਾ ਫੈਸਲਾ ਦੇ ਵੀ ਦੇਵਾ ਪੂਜਿਗੇ ਭਾਈ ਕਿਆ ਮੰਗੋ ਕਿਆ ਦੇ ਜੀ ਪਾਸ਼ਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਬਾਣੀ ਤਾਂ ਇਹ ਕਹਿੰਦੀ ਜੀਓ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਨ ਗੁਰੂ ਅਮਰਦਾਸ ਪਾਸ਼ਾ ਕਹਿੰਦੇ ਆਪ ਉਪਾਏ ਪੈਦਾ ਵੀ ਪ੍ਰਮਾਤਮਾ ਕਰਦਾ ਕਿਸੇ ਬ੍ਰਹਮਾ ਨੇ ਦੁਨੀਆ ਨਹੀਂ ਪੈਦਾ ਕੀਤੀ ਆਪ ਉਪਾਏ ਖਪਾਏ ਦਾ ਖਪਾਉਂਦਾ ਵੀ ਉਹੀ ਆ ਉਹ ਪ੍ਰਮਾਤਮਾ ਕਾਲਪੁਰਖ ਬੈਲਵ ਦੇ ਹੁਕਮ ਜੀ ਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ ਆਪ ਉਪਾਏ ਖਪਾਏ ਦਾ ਸੱਚੇ ਦੀਨ ਰਿਆਲਾ ਪ੍ਰਮਾਤਮਾ ਤੂੰ ਹੀ ਪੈਦਾ ਕਰਦਾ ਵਾਹਿਗੁਰੂ ਤੇਰੇ ਹੁਕਮ ਜੀ ਜਿਹੜੀ ਇਹ ਜਿਹੜੀ ਆ ਖਤਮ ਹੁੰਦੀ ਹੈ ਸ੍ਰਿਸ਼ਟੀ ਦੇ ਵਿੱਚ ਜਿਹੜਾ ਹੀ ਪੈਦਾ ਹੁੰਦਾ ਜੋ ਉਪਜੋ ਸੋ ਬਿੰਸ ਹੈ ਪਰ ਉਹ ਅੱਜ ਕਾ ਹਾਲ ਤੇ ਤੀਸਰਾ ਸੀ ਕਿ ਜਿਹੜੇ ਰਿਜਕ ਦੀ ਗੱਲ ਆ ਪਾਛਾ ਕਹਿੰਦੇ ਸਭਨਾ ਰਿਜਕ ਸਮਾਹੇਂਦਾ ਤੇਰਾ ਹਉਮ ਨਰਾਲਾ ਸਾਰਿਆਂ ਨੂੰ ਰਿਜਕ ਦਾ ਪ੍ਰਬੰਧ ਵੀ ਵਾਹਿਗੁਰੂ ਤੇਰੇ ਵੱਲੋਂ ਕੀਤਾ ਆਸਣ ਲੋਏ ਲੋਏ ਢੰਡਾਰ ਜੋ ਕੁਛ ਪਾਇਆ ਸੋ ਇਕਾ ਵਾਰ ਜੀ ਦੇ ਲੈnde ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਂ ਉਹਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜੇਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝਾ ਪਿਆਰ ਹੈ ਦੂਧ ਭਰ ਜੋਣ ਭੋਜਨ ਸੁਖ ਸੂਧ ਬਿਰਧ ਭਾਇਆ ਉਪਰ ਸਾਖ ਸੈਨ ਮੁਖ અપਿਆਉ ਬੈਠਕੋ ਦੇਣ ਕਿੰਨੇ ਵਿਅੰਤ ਪ੍ਰਮਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨੇ ਇਸ ਲਈ ਪਾਸ਼ਾ ਕਹਿੰਦੇ ਆਪ ਉਪਾਇ ਖਪਾਇੰਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹੇਂਦਾ ਤੇਰਾ ਹੁਕਮ ਨਿਰਾਲਾ ਭਾਈ ਸਾਹਿਬ ਅਕਾਲਪੁਰ ਵਾਹਿਗੁਰੂ ਜੀ ਬਿਲਕੁਲ ਜੀ ਮੈਂ ਰੁਕਣਾ ਚਾਹਾਂਗਾ ਕਿ ਇੱਥੇ ਇਹ ਜਿਹੜਾ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸਿੱਖ ਵਰਲਡ ਨਾਮ ਦੇ ਆਨਲਾਈਨ ਗੁਰਬਾਣੀ ਐਪ ਦੇ ਵਿੱਚ ਇਹਦੇ ਵਿੱਚ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਐਪ ਦੇ ਵਿੱਚ ਦੇ ਜਿਹੜੇ ਟਰਾਂਸਲੇਟ ਕੀਤਾ ਗਿਆ ਇਹਦੇ ਵਿੱਚ ਲਿਖਿਆ ਗਿਆ ਕਿ ਇੱਕ ਸੰਸਾਰ ਰਚਣ ਵਾਲਾ ਇੱਕ ਵਿਸ਼ਨੂੰ ਜਾਂ ਮੋਦੀ ਰੋਜੀ ਦੇਣ ਵਾਲਾ ਆ ਤੇ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਆ ਕਿਉਂਕਿ ਮੋਦੀ ਦੇ ਹਿਸਾਬ ਤੇ ਨਾਲ ਜਦੋਂ ਮੋਦੀ ਬਾਰੇ ਸੋਚਦੇ ਆ ਲੋਕ ਪਤਾ ਨਹੀਂ ਸੋਚਦੇ ਕਿ ਜਿਹੜਾ ਅੱਜ ਵਾਲਾ ਮੋਦੀ ਆ ਹਾਂ ਦੇਖੋ ਜੀ ਇਹ ਵੀ ਮੈਂ ਬੇਨਤੀ ਕਰਨਾ ਚਾਹਣਾ ਕਿਸੇ ਦਾ ਨਾਂ ਕਿਸੇ ਦਾ ਸਰਨੇਮ ਕਿਸੇ ਦਾ ਤਖੱਲਸ ਮੋਦੀ ਹੋ ਸਕਦਾ ਜੀ ਜਿਵੇਂ ਅੱਜ ਮਤਲਬ ਕਿ ਜਿਹਨੇ ਭਾਰਤ ਨੂੰ ਸਾਰੇ ਨੂੰ ਸੂਲੀ ਤੇ ਟੰਗਿਆ ਹੋਇਆ ਇੱਕ ਜੱਬਲ ਕਿਸਮ ਦਾ ਜਿਹੜਾ ਬੰਦਾ ਇੱਥੇ ਪ੍ਰਧਾਨ ਮੰਤਰੀ ਬਣਿਆ ਹੋਇਆ ਨਰਿੰਦਰ ਮੋਦੀ ਇਹ ਜਿਆਦਾ ਜਿਹੜੇ ਉਹਦੇ ਭਗਤ ਆਗੇ ਤੇ ਉਹੋ ਮਤਲਬ ਕਿ ਇਹ ਚੀਜ਼ ਨੂੰ ਇਹਦੀ ਗਲਤ ਦਰਬਾਰ ਤੋਂ ਕਰ ਰਿਹਾ ਦੇਖੋ ਵੀ ਗੁਰਬਾਣੀ ਦੇ ਵਿੱਚ ਵੀ ਜਿਹੜੇ ਅਰਥ ਉਹ ਮੋਦੀ ਸਾਰਿਆਂ ਨੂੰ ਰਿਜਕ ਦਾ ਦਾਤਾ ਮਤਲਬ ਕਿ ਜਿਵੇਂ ਕਹਿ ਲੋ ਗੁਰਬਾਣੀ ਵਿੱਚ ਪਹਿਲਾਂ ਨਹੀਂ ਜਿਹੜੇ ਸਰਸੇ ਵਾਲੇ ਗੁਰਮੀਤ ਰਾਮ ਰਹੀਮ ਵਰਗਿਆਂ ਨੇ ਤੇ ਆਸੀਂ ਵੀ ਦੇਖੋ ਸੰਤ ਸਾਜਣ ਭੈਸਰਾਸੇ ਪੂਰੇ ਗੁਰ ਤੇ ਜਾਣੀ ਇਹਦੇ ਗਲਤ ਅਰਥ ਕਰਕੇ ਆਪਦੇ ਨਾਲ ਜੋੜਦੇ ਸੀ ਕਹਿੰਦੇ ਦੇਖੋ ਗੁਰਬਾਣੀ ਵਿੱਚ ਦੇਖੋ ਸਾਡੇ ਸਰਸੇ ਦਾ ਜ਼ਿਕਰ ਆ ਸਾਡੇ ਪਿਤਾ ਜੀ ਦਾ ਜ਼ਿਕਰ ਆ ਹੈ ਜੀ ਇਸੇ ਤਰੀਕੇ ਹੁਣ ਉੱਥੇ ਜਿਹੜਾ ਜਦੋਂ ਆਪਾਂ ਮਹਾਨਕੋਸ਼ ਨੂੰ ਪੜ੍ਹਦੇ ਆ ਮਹਾਨਕੋਸ਼ ਦੀ ਐਂਟਰੀ ਹੁਣ ਮੋਦੀ ਦੇ ਕਈ ਅਰਥ ਨੇ ਮਤਲਬ ਕਿ ਜਿਵੇਂ ਮੋਦੀ ਦਾ ਅਰਥ ਹੈ ਜਿਹੜਾ ਜਿਹੜਾ ਭੰਡਾਰ ਦਾ ਪ੍ਰਬੰਧਨ ਕਰਨ ਵਾਲਾ ਜਿਹੜਾ ਲੋਕਾਂ ਤੱਕ ਮਤਲਬ ਪਹੁੰਚਾਉਂਦਾ ਅੰਨ ਹੁਣ ਦੇਖੋ ਜਦੋਂ ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਪਾਸ਼ਾ ਨੇ ਮੋਦੀ ਖਾਨੇ ਵਿੱਚ ਡਿਊਟੀ ਕੀਤੀ ਮੋਦੀ ਸੀ ਨਾ ਗੁਰੂ ਨਾਨਕ ਪਾਸ਼ਾ ਭਾਵ ਕੀ ਸੀ ਵੀ ਲੋਕਾਂ ਨੂੰ ਅੰਨ ਪਾਣੀ ਰਸਦ ਪਾਣੀ ਵੰਡਣ ਵਾਲੇ ਇੱਕ ਅਹੁਦੇ ਦਾ ਨਾਮ ਮੋਦੀ ਜੀ ਤੇ ਹੁਣ ਉਹਦਾ ਮਤਲਬ ਜਿਵੇਂ ਗੁਰਬਾਣੀ ਚ ਮੋਦੀ ਸ਼ਬਦ ਆਉਂਦਾ ਹੁਣ ਦੇਖੋ ਜਿਵੇਂ ਇਹ ਜਿਹੜੇ ਭਗਤ ਲੋਕ ਇਹ ਜਿੰਨਾ ਮਤਲਬ ਗੁਰਬਾਣੀ ਦੀ ਟ੍ਰਾਂਸਲੇਸ਼ਨ ਦੀ ਆਰਟ ਦੇ ਵਿੱਚ ਜਿਹੜਾ ਇਹ ਮੋਦੀ ਨੂੰ ਪ੍ਰਮੋਟ ਕਰ ਰਿਹਾ ਹੁਣ ਉਹ ਉਹ ਤਾਂ ਫਿਰ ਕੱਲ ਨੂੰ ਇਸ ਤਰੀਕ ਇਸ ਪੰਗਤੀ ਦੇ ਦਰਬਾਰਤ ਕਰਨਗੇ ਮੋਦੀ ਕੇ ਕਰਖਾਣਾ ਪਾਕਾ ਵਾਕਾ ਲੜਕਾ ਆਇਆ ਥਾ ਉਥੇ ਵੀ ਦੇਖੋ ਜੀ ਕਿ ਸੋਵਿਲਾਂ ਜਿਹੜਾ ਨਾਮਦੇਵ ਜੀ ਨੇ ਹਨਾ ਇਹ ਸਾਡੇ ਪ੍ਰਧਾਨ ਮੰਤਰੀ ਦਾ ਜ਼ਿਕਰ ਕੀਤਾ ਹੁਣ ਮੋਦੀ ਦਾ ਇੱਕ ਅਰਥ ਇਹ ਆ ਮਤਲਬ ਕਿ ਜਿਹੜਾ ਅਨਾਜ ਦੇ ਜਿਹੜੇ ਖਾਣ ਪੀਣ ਦੀਆਂ ਵਸਤਾਂ ਲੋਕਾਂ ਤੱਕ ਪਹੁੰਚ ਹਾਲ ਦਾ ਜਿਹੜਾ ਹੁਣ ਉੱਥੇ ਉਸ ਭਾਵ ਦੇ ਵਿੱਚ ਇੱਕ ਅਰਥ ਨੇ ਤੇ ਇਹ ਚਲਾ ਕੇ ਕਿਸਮ ਦੇ ਲੋਕ ਦੀ ਦਰਬਾਰ ਤੋਂ ਕਰਕੇ ਇਹ ਮਤਲਬ ਕਿ ਹੁਣ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਮੈਂ ਵੀ ਇਹਨੂੰ ਵੀ ਕਈ ਵੀਰਾਂ ਨੇ ਵਟਸਐਪ ਤੇ ਭੇਜਿਆ ਵੀ ਉਹ ਜਿਹੜੇ ਮਤਲਬ ਚਲਾ ਕੇ ਕਿਸਮ ਦੇ ਲੋਕ ਸੀ ਜਿਹੜੇ ਉਹ ਇਹਨੂੰ ਇਸ ਤਰੀਕੇ ਨਾਲ ਹੁਣ ਪਹਿਲੀ ਗੱਲ ਤਾਂ ਵੀ ਜਦੋਂ ਉੱਥੇ ਗੱਲ ਜਦੋਂ ਟ੍ਰਾਂਸਲੇਸ਼ਨ ਤੁਸੀਂ ਕਰਦੇ ਹੋ ਉਹਦੀ ਵਿਆਖਿਆ ਜਿਹੜੀ ਉਹ ਸਾਰੀ ਗੱਲ ਨੂੰ ਸਮਝਣਾ ਪੈਗਾ ਵੀ ਇਹ ਕਿਹੜੇ ਭਾਵ 'ਚ ਕਿਹੜੇ ਪੱਖ ਤੋਂ ਗੱਲ ਆਈ ਹੈ ਹੁਣ فرض ਕਰੋ ਗੁਰਬਾਣੀ ਵਿੱਚ ਮੁਕੰਦ ਸ਼ਬਦ ਆ ਗਿਆ ਪਰਮਾਨੰਦੀ ਵਰਤ ਪਰਮਾਤਮਾ ਲਈ ਵਰਤਿਆ ਗਿਆ ਹੈ ਨਾ ਜੀ ਤੇ ਰਾਮ ਸ਼ਬਦ ਪਰਮਾਤਮਾ ਲਈ ਵਰਤਿਆ ਗਿਆ ਤੇ ਸ਼ਾਹ ਵੀ ਇਹ ਸ਼ਬਦ ਸੱਜਣ ਸੱਚਾ ਪਾਤਸ਼ਾਹਾਂ ਦੇ ਸ਼ਾਹ ਹਾਂ ਉੱਥੇ ਕੱਲ ਨੂੰ ਕੋਈ ਮਿੱਤ ਸ਼ਾਹ ਨਾਲ ਜੋੜੇ ਇਹ ਗੱਲ ਤੇ ਇਸ ਲਈ ਇਹ ਜਿਹੜੀ ਇਹ ਇਹ ਲੋਕ ਜਿਹੜੀ ਚਲਾਕੀ ਵਰਤ ਰਹੇ ਬਿਲਕੁਲ ਗਲਤ ਆ ਗੁਰਬਾਣੀ ਦੇ ਅੰਦਰ ਆਤਮਾ ਕਾਲਪੁਰਖ ਦੀ ਵਿਡਿਆਈ ਆ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਉਸਤਤਿ ਤੇ ਪਰਮਾਤਮਾ ਵਿੱਚ ਅਭੇਦ ਹੋਏ ਜਿਹੜੇ ਗੁਰਮੁਖ ਰੂਹਾਂ ਨੇ ਉਹਨਾਂ ਦਾ ਜੱਸਾ ਉਹਨਾਂ ਦੀ ਵਡਿਆਈ ਆ ਹੁਣ ਇਹ ਇੱਕ ਤਰ੍ਹਾਂ ਦੀ ਜਿਹੜੇ ਇਹੋ ਜਿਹੇ ਹਾਲਾਤ ਬਣੇ ਨੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹੋ ਜੀ ਜਿਹੜੀ ਐਵੇਂ ਤਰੀਕਿਆਂ ਨਾਲ ਜਿਹੜੀਆਂ ਇਹ ਜੀਆਂ ਗੱਲਾਂ ਕਰਕੇ ਇਹੋ ਜੀਆਂ ਐਂਟਰੀਆਂ ਦਰਜ ਕਰਕੇ ਮੈਨੂੰ ਲੱਗਦਾ ਵੀ ਸ਼ਰਾਰਤੀ ਕਿਸਮ ਦੇ ਲੋਕ ਆ ਜਿਹੜੇ ਇਹ ਮਤਲਬ ਕਿ ਇਹ ਸ਼ਰਾਰਤੀ ਕਰ ਰਹੇ ਆ ਸਾਡੀ ਕੰਮ ਨਾਲ ਜੀ ਇਹ ਤੁਹਾਨੂੰ ਕੀ ਲੱਗਦਾ ਹੈ ਆਰਐਸਐ ਜੀ ਚਾਲ ਆ ਜਾਂ ਫਿਰ ਕੋਈ ਸਿੱਖ ਵਿਰੋਧੀ ਹੋਰ ਜਿਹੜੀ ਚਾਲ ਆ ਇਸ ਵਕਤ ਜਿਹੜੀਆਂ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕੀਤਾ ਜਾ ਰਹੀਆਂ ਕੀਤੀਆਂ ਜਾ ਰਹੀਆਂ ਇੱਕ ਪਾਸੇ ਜਿਹੜਾ ਕਿਸਾਨੀ ਅੰਦੋਲਨ ਆ ਪੂਰੀ ਤਰ੍ਹਾਂ ਭਖਿਆ ਹੋਇਆ ਆ ਪੂਰੇ ਪੰਜਾਬ ਦੇ ਨਹੀਂ ਭਾਰਤ ਦੇ ਲੋਕਾਂ ਦਾ ਉਧਰ ਫੋਕਸ ਆ ਪਰ ਦੂਜੇ ਪਾਸੇ ਇਸ ਤਰ੍ਹਾਂ ਦੇ ਸ਼ਰਾਰਤਾਂ ਕਿਉਂ ਕੀਤੀਆਂ ਜਾ ਰਹੀਆਂ ਬਿਲਕੁਲ ਜੀ ਆਰਐਸਐ ਬੜੇ ਲੰਮੇ ਟਾਈਮ ਤੋਂ ਮੈਂ ਤੁਹਾਨੂੰ ਵੀਰ ਜੀ ਇੱਕ ਦੱਸਦਾ ਇਹ ਹੈਗੀ ਆ 2015 ਦੀ ਗੱਲ ਹੈ ਤੇ ਆਰਐਸਐਸ ਨਾ ਛੋਟੇ ਸਹਿਬਜ਼ਾਦਿਆਂ ਦੇ ਨਾਮ ਤੇ ਪੰਫਲੈਟ ਛਾਪ ਕੇ ਵੰਡੇ ਸੀਗੇ ਉਹਦੇ ਵਿੱਚ ਉਹ ਬੱਚਿਆਂ ਦੇ ਪੇਪਰ ਲਏ ਉਸੇ ਉਹ ਜਿਹੜੇ ਉਹਨਾਂ ਨੇ ਕਿਤਾਬ 'ਚ ਵੰਡੇ ਉਹਦੇ ਵਿੱਚ ਹੀ ਸਕੂਲੀ ਬੱਚਿਆਂ ਦੇ ਪੇਪਰ ਸੀ ਆਦਰ ਸਟੇਟ ਦੀ ਰਾਜਸਥਾਨ ਦੇ ਵਿੱਚ ਹਰਿਆਣੇ 'ਚ ਇਹਨਾਂ ਨੇ ਪੇਪਰ ਲਏ ਸੀਗੇ ਹੁਣ ਉੱਥੇ ਜਿਹੜਾ ਛੋਟੇ ਸਹਿਬ ਜਦਿਆਂ ਦੀ ਸ਼ਹਾਦਤ ਵਾਲਾ ਕਨਸੈਪਟ ਆ ਜਦੋਂ ਸਹਿਬ ਜਦਿਆਂ ਦੇ ਨੀਹਾਂ 'ਚ ਖੜਿਆ ਉਹਦੋਂ ਉਹਨਾਂ ਨੇ ਜਿਹੜੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਆ ਉਸ ਵਿੱਚ ਸਵਾਲ ਜਵਾਬ ਕਰਦੇ ਆ ਹੁਣ ਬਾਕੀ ਸਾਰੀਆਂ ਗੱਲਾਂ ਬਹੁਤ ਵਧੀਆ ਲਿਖਿਆ ਉਹਨਾਂ ਨੇ ਇੱਕੋ ਪੁਆਇੰਟ ਦੇ ਵਿੱਚ ਸਾਰੇ ਸਾਡੇ ਸਿੱਖ ਸਿਧਾਂਤ ਤੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੇ ਕਕਾਟਾ ਮਾਰਦਾ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਵੀ ਕਿੰਨੀ ਸਾਨੂੰ ਬਰੀਕ ਅੱਖ ਨਾਲ ਕਿੰਨੀ ਬਰੀਕ ਅਕਲ ਨਾਲ ਇਹਨਾਂ ਲੋਕਾਂ ਦੀਆਂ ਚਾਲਾਂ ਪੜ੍ਹਨੀਆਂ ਪੈਣੀਆਂ ਉਹ ਸਾਡੇ ਸਕੂਲਾਂ 'ਚ ਪੇਪਰ ਲੈਣੇ ਭਾਰਤ ਵਿੱਚ ਉਹ ਲਿਖਦੇ ਨੇ ਵੀ ਜਦੋਂ ਨੀਹਾਂ ਵਿੱਚ ਤੇ ਬਾਬਾ ਫਤਿਹ ਸਿੰਘ ਦਾ ਸਰੀਰ ਛੋਟਾ ਸੀ ਉਹਨਾਂ ਦੀ ਹਿੱਕ ਤੱਕ ਪਹਿਲਾਂ ਕੰਧ ਆ ਗਈ ਬਾਬਾ ਜੋਰਾਵਰ ਸਿੰਘ ਜੀ ਦਾ ਸਰੀਰ ਵੱਡਾ ਸੀ ਉਹ ਤੇ ਉਹ ਹਲੇ ਉਹਨਾਂ ਦੀ ਹਿੱਕ ਤੱਕ ਲੇਟ ਪਹੁੰਚਣੀ ਸੀ ਤੇ ਜਦੋਂ ਬਾਬਾ ਜੋਰਾਵਰ ਸਿੰਘ ਨੇ ਵੇਖਿਆ ਕਿ ਬਾਬਾ ਫਤਿਹ ਸਿੰਘ ਦੀ ਹਿੱਕ ਤੱਕ ਆ ਗਏ ਉਹਨਾਂ ਦੀ ਅੱਖਾਂ 'ਚ ਅਥਰੂ ਆਏ ਮਤਲਬ ਉਹਨਾਂ ਨੇ ਲਿਖਿਆ ਤੇ ਉਹ ਕਹਿੰਦੇ ਵੀ ਉਹਨਾਂ ਦਾ ਭਾਵ ਇਹ ਸੀ ਵੀ ਦੁਨੀਆਂ 'ਚ ਵੀਰੇ ਤੂੰ ਮੇਰੇ ਤੋਂ ਆਇਆ ਬਾਅਦ ਵਿੱਚਾਂ ਤੇ ਗੁਰੂ ਦੀ ਗੋਦ ਵਿੱਚ ਸ਼ਹਾਦਤ ਦਾ ਜਾਮ ਤੂੰ ਪਹਿਲਾਂ ਪੀ ਰਿਹਾ ਸਿੱਖ ਇਤਿਹਾਸ ਵਿੱਚ ਤੇ ਇਹ ਪ੍ਰਸੰਗ ਆ ਤੇ ਉਹ ਮਤਲਬ ਕਿ ਜਦੋਂ ਬਾਬਾ ਫਤਿਹ ਸਿੰਘ ਬਾਬਾ ਜੋਰਾਬਰ ਸਿੰਘ ਨੂੰ ਪੁੱਛਦੇ ਨੇ ਉਹਨਾਂ ਦੀ ਅੱਖਾਂ ਜੱਥਰੂ ਦੇਖ ਕੇ ਵੀ ਜੋਰਾਬਰ ਸਿੰਘ ਦੀ ਤੂ ਘਬਰਾ ਕਿਉਂ ਗਿਆ ਤੇ ਬਾਬਾ ਜੋਰਾ ਸਿੰਘ ਕਹਿੰਦੇ ਮੈਂ ਵੀ ਕਬ ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਮੈਂ ਕਬਰ ਆਇਆ ਨਹੀਂ ਮੈਂ ਤਾਂ ਮਤਲਬ ਇਸ ਗੱਲ ਤੇ ਸੀਗਾ ਵੀ ਦੁਨੀਆ ਵਿੱਚ ਤੁਸੀਂ ਬਾਬਾ ਫਤੇ ਸਿੰਘ ਜੀ ਵੀਰ ਫਤੇ ਸਿੰਘ ਜੀ ਤੁਸੀਂ ਬਾਅਦ ਚ ਆਇਓ ਪਰ ਤੁਸੀਂ ਪਰਮਾਤਮਾ ਕਾਲਪੁਰਖ ਦੀ ਬੁੱਕ ਚ ਸੱਚਖੰਡ ਚ ਪਹਿਲਾਂ ਜਾ ਰਹੇ ਹੋ ਤੇ ਬਾਬਾ ਫਤੇ ਸਿੰਘ ਜਵਾਬ ਦਿੰਦੇ ਕਹਿੰਦੇ ਮੈਂ ਸੋਚਿਆ ਵੀ ਕਿਤੇ ਤੂੰ ਕਬਰ ਆ ਗਿਆ ਡਰ ਗਿਆ ਜ਼ੁਲਮ ਹੁੰਦਾ ਵੇਖ ਕੇ ਬਾਬਾ ਫਤੇ ਜੋਰਾਵਰ ਸਿੰਘ ਜੀ ਨੂੰ ਕਹਿੰਦੇ ਨੇ ਤੇ ਵੱਡੇ ਵੀਰ ਨੂੰ ਕਿ ਕਬਰਾਉਣਾ ਨਹੀਂ ਡਰਨਾ ਨਹੀਂ ਅਸੀਂ ਹਿੰਦੂਆਂ ਦੇ ਪੁੱਤਾਂ ਹਿੰਦੂਆਂ ਦੇ ਬੱਚੇ ਹਿੰਦੂਆਂ ਦੇ ਬੱਚੇ ਕਦੇ ਡਰਦੇ ਨਹੀਂ ਹੁੰਦੇ ਹੁਣ ਇਹ ਉਸ ਪ੍ਰਸੰਗ ਵਿੱਚ ਇਹ ਗੱਲ ਕਿ ਥੱਲੇ ਜਿਹੜੇ ਏਕ-ਇਕ ਨੰਬਰ ਦੇ ਸਵਾਲ ਪਾਏ ਹੋਏ ਨੇ ਉਹਦੇ ਵਿੱਚ ਲਿਖਿਆ ਵੀ ਨੀਹਾਂ ਵਿੱਚ ਚਿਣੇ ਜਾਣ ਸਮੇ ਜਦੋਂ ਬਾਬਾ ਫ਼ਰੀਦ ਇਹ ਕੰਦ ਆ ਗਈ ਸੀ ਬਾਬਾ ਫਤਿਹ ਸਿੰਘ ਨੇ ਬਾਬਾ ਜੋਰਾਬਰ ਸਿੰਘ ਨੂੰ ਕੀ ਕਿਹਾ ਕਿੰਨਾਂ ਦੇ ਬੱਚੇ ਨਹੀਂ ਡਰਦੇ ਇਸਾਈਆਂ ਦੇ ਬੱਚੇ ਨਹੀਂ ਡਰਦੇ ਮੁਸਲਮਾਨਾਂ ਦੇ ਬੱਚੇ ਨਹੀਂ ਡਰਦੇ ਸਿੱਖਾਂ ਦੇ ਵਿੱਚ ਨਹੀਂ ਡਰਦੇ ਜਾਂ ਅਸੀਂ ਹਿੰਦੂ ਅਸੀਂ ਨਹੀਂ ਡਰਦੇ ਉਹਨੇ ਚਾਰ ਆਪਸ਼ਨਾਂ ਨੇ ਜਿਹੜਾ ਉੱਪਰ ਪੈਰਾਗ੍ਰਾਫ ਦਿੱਤਾ ਉਹਦੇ ਵਿੱਚ ਬਾਬਾ ਫਤਿਹ ਸਿੰਘ ਨੇ ਮੂੰਹ ਚ ਇਹ ਕਹਾਇਆ ਗਿਆ ਵੀ ਹਿੰਦੂਆਂ ਦੇ ਬੱਚੇ ਕਦੇ ਡਰਦੇ ਨਹੀਂ ਅਸੀਂ ਹਿੰਦੂਆਂ ਤੇ ਹੁਣ ਜਿਹੜੇ ਬੱਚਿਆਂ ਨੇ ਉਹ ਪੈਰਾ ਪੜਿਆ ਪੰਮਫਲੈਟ ਪੜ੍ਹਿਆ ਉਹ ਨੰਬਰ ਲੈਣ ਦੇ ਲਈ ਕੀ ਟਿਕ ਕਰੂਗਾ ਵੀ ਅਸੀਂ ਹਿੰਦੂਆਂ ਦੇ ਬੱਚੇ ਨਹੀਂ ਡਰਦੇ ਜੇ ਉਹ ਇਹ ਕਰ ਦੋਗੇ ਵੀ ਅਸੀਂ ਸਿੱਖਾਂ ਦੇ ਵਿੱਚ ਨਹੀਂ ਡਰਦੇ ਉਹਦਾ ਨੰਬਰ ਕੱਟਿਆ ਜਾਣਾ ਹੁਣ ਆ ਤਰੀਕੇ ਨਾਲ ਇਸੇ ਗੁਪਤ ਤਰੀਕੇ ਦੇ ਨਾਲ ਉਹ ਸਾਨੂੰ ਮਾਰ ਕਰਦੇ ਵੀ ਸਾਡੇ ਬੱਚਿਆਂ ਦੇ ਬ੍ਰੇਨ ਵਾਸ਼ ਕਰਨ ਦੇ ਲਈ ਹੁਣ ਬਿਲਕੁਲ ਇਹੋ ਪਾਲਿਸੀ ਬੜੇ ਲੰਮੇ ਟਾਈਮ ਤੋਂ ਚੱਲ ਰਹੀ ਆ ਸੋ ਸਾਨੂੰ ਹਰ ਪੱਖ ਤੋਂ ਸੁਚੇਤ ਹੋਣ ਦੀ ਲੋੜ ਆ ਥਾਂ ਥਾਂ ਤੇ ਇੰਟਰੀਆਂ ਦਰਜ ਕਰ ਰਿਹਾ ਵਿਆਖਿਆ ਕਰ ਕਰਕੇ ਸਾਨੂੰ ਸੇਤ ਹੋਣ ਦੀ ਲੋੜ ਹੁਣ ਜਿਹੜੇ ਪ੍ਰਾਪਤਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਸਾਡੇ ਉਹ ਮਤਲਬ ਕਿ ਸੰਸਕਾਰ ਦੇ ਨਾਂ ਤੇ ਸਿੱਖੀ ਭੇਸ ਵਿੱਚ ਇਹੋ ਜੇ ਬਾਬੇ ਜਿਹੜੇ ਸਤਕਾਰ ਦੇ ਨਾਂ ਤੇ ਸੰਸਕਾਰ ਦੇ ਨਾਂ ਤੇ ਉਹਨਾਂ ਨੇ ਬਹੁਮੁੱਲੇ ਕੀਮਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਜਿਹੜੇ ਅਗਨ ਭੇਟ ਕਰਤੇ ਕਿਉਂਕਿ ਨਵੇਂ ਨਵੇਂ ਦੇਖੋ ਤਖਤਸ਼ਰੀ ਦਮਦਮਾ ਸਾਹਿਬ ਤੇ ਇੱਕ ਉਹ ਸੀਗਾ ਜਿਹੜਾ ਮਲੇਸ਼ੀਆ ਦਾ ਇੱਕ ਉਹਨੇ ਸਰੂਪ ਪੇਟ ਕੀਤਾ ਕਿੰਨੀਆਂ ਗਲਤੀਆਂ ਸੀਗੀਆਂ ਜਦੋਂ ਗੁਰਮukh ਸਿੰਘ ਇੱਥੇ ਬਣਿਆ ਹੋਇਆ ਸੀ ਦਮਦਮਾ ਸਦਾ ਜਿਵੇਂ ਯਾਰ ਹੁਣ ਪਿੱਛੇ ਜੇ ਹਾਂਗਕਾਂਗ ਦੇ ਗੁਰਦੁਆਰਾ ਸਾਹਿਬ ਚ ਫੇਰ ਪਤਾ ਨਹੀਂ 7 ਕੁਵੰਟਲ ਦਾ ਸਰੂਪ ਬਣਾ ਕੇ ਉਹਨਾਂ ਪ੍ਰਕਾਸ਼ ਕੀਤਾ ਉਸੇ ਪਖੰਡੀ ਪ੍ਰਬੰਧਕ ਬਹੁਤ ਵੱਡੀਆਂ ਕਨਾਉਣੀਆਂ ਹਰਕਤਾਂ ਇਹਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਸੋ ਮੈਂ ਧੰਨਵਾਦ ਕਰਦਾ ਤੁਹਾਡੇ ਵਰਗੇ ਇਹ ਚੈਨਲ ਵਾਲੇ ਵੀਰਾਂ ਦਾ ਜਿਹੜੇ ਸਮੇਂ-ਸਮੇਂ ਤੇ ਸੰਗਤ ਨੂੰ ਸ਼ੇਅਰ ਕਰ ਰਹੇ ਆ ਸੋ ਇਹਨਾਂ ਇਹ ਜਿਹੜੀਆਂ ਕਿਸਮ ਦੀਆਂ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਨੇ ਅਸਲ 'ਚ ਮਤਲਬ ਕਿ ਮੋਦੀ ਹੋਣ ਦਾ ਏਜੰਡਾ ਹੀ ਇਹ ਆ ਹਿੰਦੂ ਹਿੰਦੀ ਹਿੰਦੂ ਜਿਹੜਾ ਹਿੰਦੂ ਹਿੰਦੁਸਤਾਨ ਇਹ ਹੁਣ ਦੇਖੋ ਇਹ ਹਾਲਾਤਾਂ ਦੇ ਵਿੱਚ ਬਾਕੀ ਲੋਕ ਮਰਦੇ ਆ ਮਰਨ ਖੱਪਦੇ ਆ ਖਬਣ ਚਾਹੇ ਮੁਸਲਮਾਨਾ ਚਾਹੇ ਈਸਾਈ ਆ ਚਾਹੇ ਸਿੱਖ ਆ ਇਹ ਸਾਰਿਆਂ ਨੂੰ ਨਿਸ਼ਤੋ ਨਬੂਤ ਕਰਕੇ ਉਹਨਾਂ ਨੂੰ ਪਹਿਲਾਂ ਆਤਮਿਕ ਤੌਰ ਤੇ ਕਰਨ ਦੇ ਇਤਿਹਾਸ ਨਾਲ shear ਛੜ ਕਰਕੇ ਬਾਅਦ ਦੇ ਵਿੱਚ ਉਹਨਾਂ ਨੂੰ ਸਰੀਰਕ ਤੌਰ ਤੇ ਹੋਣਾ ਜਿਹੜੇ ਖੇਤੀ ਕਾਨੂੰਨ ਤੌਰ ਤੇ ਉਹਨਾਂ ਦਾ ਇਹ ਹਿੰਦੂਵਾਦ ਦੇ ਝੂਲੇ ਹੇਠ ਲਿਆਉਣਾ ਚਾਹੁੰਦੇ ਆ ਇਹੋ ਇਹਨਾਂ ਦਾ ਟੀਚਾ ਹੈ ਤੇ ਇਹ ਜਿਹੜੀ ਕਾਰਵਾਈ ਹੈ ਇਹ ਵੀ ਇਹ ਉਸੇ ਲੜੀ ਦਾ ਹਿੱਸਾ ਉਸੇ ਕੜੀ ਦਾ ਹਿੱਸਾ ਹੈ ਜਿਹੜੇ ਸਾਡੇ ਤੇ ਅਟੈਕ ਹੋ ਰਹੇ ਨੇ ਤੇ ਭਾਈ ਸਾਹਿਬ ਜੀ ਇਸ ਵੇਲੇ ਤੁਸੀਂ ਐ ਮੈਂ ਅਖੀਰ ਵਿੱਚ ਤੁਹਾਨੂੰ ਸਵਾਲ ਕਰਨਾ ਚਾਹਾਂਗਾ ਕਿ ਜਿਹੜੀਆਂ ਸਿੱਖਾਂ ਦੀਆਂ ਸ਼ਰੋਨੀ ਸੰਸਥਾਨਾਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਪਰ ਇਸ ਵੇਲੇ ਜਦੋਂ ਇਸ ਤਰ੍ਹਾਂ ਦੀਆਂ ਪੰਥ ਵਿਰੋਧੀ ਤਾਕਤਾਂ ਇਸ ਤਰ੍ਹਾਂ ਦੇ ਜਿਹੜੇ ਹੱਥ ਕੰਡੇ ਅਪਣਾਉਂਦੀਆਂ ਕਿਉਂ ਨਹੀਂ ਕੋਈ ਸਟੈਂਡ ਲਿਆ ਜਾਂਦਾ ਅਸਲ 'ਚ ਵੀਰ ਜੀ ਦੇਖੋ ਹੁਣ ਵੀ ਇਹ ਸਟੈਂਡ ਤਾਂ ਤਾਂ ਲੈਣਾ ਜੇ ਇਹ ਗੁਰੂ ਪਾਤਸ਼ਾਹ ਮਹਾਰਾਜ ਹੁਣ ਇੱਕ ਪਰਿਵਾਰ ਨੂੰ ਸਮਰਪਿਤ ਹੋਣ ਕਰਕੇ ਤੇ ਇਹਨਾਂ ਦੇ ਨਿੱਜ ਭਾਰੂ ਆਉਧਿਆਂ ਦੀ ਭੁੱਖ ਆ ਜਿਹਦੇ ਕਰਕੇ ਹੁਣ ਉਧਰ ਨੂੰ ਮੂੰਹ ਹੀ ਨਹੀਂ ਕਰ ਰਹੇ ਸਮੱਸਿਆ ਇਹੀ ਆ ਨਾ ਮਤਲਬ ਸਾਡੀ ਕੌਮ ਨੂੰ ਗੈਰਾਂ ਤੇ ਕੀ ਗਿਲਾ ਪਾਤਸ਼ਾਹ ਦੇ ਪਾਤਸ਼ਾਹ ਤੇ ਰਿਆਂ ਸਰਦਾਰਾਂ ਨੇ ਖੁਦ ਹੀ ਰੋਲ ਦਿੱਤੀਆਂ ਸਰਦਾਰੀਆਂ ਜਿਹੜੇ ਸਾਡੇ ਸ਼ਰਮੌਰ ਸੰਸਥਾਵਾਂ ਦੇ ਆਗੂ ਬਣੇ ਨੇ ਪ੍ਰਬੰਧਕ ਬਣੇ ਨੇ ਜੀ ਉਹ ਇਮਾਨਦਾਰੀ ਨਾਲ ਰੋਲ ਲਭਾਉਂਦੇ ਤੇ ਕੌਮ ਨੂੰ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਕਮੀਆਂ ਨੇ ਇਹਨਾਂ ਲੋਕਾਂ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ ਚਾਹੇ ਕੌਮ ਦੇ ਜਥੇਦਾਰ ਘਾਉਣ ਬਲੇ ਚਾਹੇ ਐਸਜੀਪੀਸੀ ਦੇ ਮੈਂਬਰ ਆ ਹੁਣ ਇਥੇ ਲੰਗਾਹ ਵਰਗੇ ਤੇ ਐਸਜੀਪੀਸੀ ਦੇ ਮੈਂਬਰ ਆ ਮੈਂ ਬੀਬੀ ਜੰਗੀਰ ਕੌਰ ਦੀ ਇੱਕ ਸਟੇਟਮੈਂਟ ਸੁਣ ਰਿਹਾ ਸੀ ਉਹ ਕਹਿੰਦੀ ਵੀ ਜਿਹੜੇ ਪ੍ਰਚਾਰਕ ਆ

ਮੈਨੂੰ ਚੰਗੀ ਲੱਗੀ ਗੱਲ ਵੀ ਠੀਕ ਆ ਪਰ ਮੈਂ ਬੀਬੀ ਜਗੀਰ ਕੌਰ ਨੂੰ ਪੁੱਛਣਾ ਚਾਹਣਾ ਵੀ ਪ੍ਰਚਾਰਕਾਂ ਨੂੰ ਭਰਤੀ ਕਰਨ ਲਈ ਤਾਂ ਤੁਸੀਂ ਮਾਪਦੰਡ ਆ ਜਿਹੜੇ ਕਰੋਗੇ ਨਿਰਧਾਰਤ ਵੀ ਆਹ ਮਾਪਦੰਡ ਹੋਣੇ ਚਾਹੀਦੇ ਐਨੀਆਂ ਭਾਸ਼ਾ ਮਾਉਣੀਆਂ ਚਾਹੀਦੀਆਂ ਇਹ ਕਰਨਾ ਚਾਹੀਦਾ ਚੰਗੀ ਗੱਲ ਐ ਇਹ ਕਰਨਾ ਪਰ ਕੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਚੁਣਨ ਦੇ ਲਈ ਵੀ ਕਿਹਨੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣੇ ਇਹਦੇ ਲਈ ਤੁਸੀਂ ਕੋਈ ਮਾਪਦੰਡ ਤੈਅ ਕਰੋਗੇ ਵੀ ਇੱਥੇ ਲੰਗਾ ਵਰਗੇ ਵੀ ਮੈਂਬਰ ਨੇ ਜਿਨ੍ਹਾਂ ਦੀਆਂ ਘਟੀਆਂ ਤੋਂ ਘਟੀਆਂ ਹਰਕਤਾਂ ਜਿਹੜੀਆਂ ਮੀਡੀਆ 'ਚ ਆ ਚੁੱਕੀਆਂ ਨੇ ਉਹ ਬੰਦੇ ਫਿਰ ਵੀ ਉਹਨਾਂ ਨੂੰ ਗੁਰਦੁਆਰੇ ਆਂ ਵਿੱਚ ਵੀਆਈਪੀ ਟ੍ਰੀਟ ਜੀਦੇ ਮੈਂਬਰ ਬਣਨ ਲਈ ਘੱਟੋ ਘੱਟ ਜਿਹੜੀਆਂ ਸ਼ਰਤਾਂ ਨੇ ਗੁਰਮਤ ਵਾਲਿਆਂ ਉਹ ਬੰਦਾ ਪੂਰੀਆਂ ਕਰਦਾ ਹੋਵੇ ਹੁਣ 170 ਮੈਂਬਰਾਂ ਨੂੰ ਜੇ ਲਾਈਨ ਬਰ ਬਿਠਾ ਕੇ ਪੁੱਛਣਾ ਉਹ 170 ਦੇ ਵਿੱਚੋਂ ਮੈਨੂੰ ਲੱਗਦਾ 90% ਨੂੰ ਤਾਂ 10 ਗੁਰੂਆਂ ਦੇ ਨਾਂ ਨਹੀਂ ਆਉਂਦੇ ਹੋਣੇ ਜੀ ਹੁਣ ਸਾਡੇ ਹਾਲਾਤ ਨੇ ਉਹਨਾਂ ਦੀ ਕੁਆਲਿਫਿਕੇਸ਼ਨ ਕੀ ਆ ਵੀ ਉਹ ਇੱਕ ਖਾਸ ਪਰਿਵਾਰ ਦੀਆਂ ਜੁੱਤੀਆਂ ਚੱਟ ਸਕਦੇ ਆ ਜੁੱਤੀਆਂ ਚੱਟਣ ਕਰਕੇ ਬਾਦਲ ਪਰਿਵਾਰ ਦੀਆਂ ਜੁੱਤੀਆਂ ਚੱਟਣ ਕਰਕੇ ਉਹ ਅਜਿਹੀ ਵੀ ਜੇ ਮੈਂਬਰ ਬਣੇ ਹੋਏ ਨੇ ਹੁਣ ਇਹ ਤਾਂ ਹਾਲਾਤ ਨੇ ਸਾਡੀ ਕੌਮ ਦੇ ਹੁਣ ਜਿਹੜੇ ਸਰਮੌਰ ਸੰਸਥਾਵਾਂ ਦੇ ਮੈਂਬਰ ਨੇ ਜਦੋਂ ਉਹਨਾਂ ਨੂੰ ਇੱਲ ਤੋਂ ਕੁੱਕੜ ਨਹੀਂ ਆਉਂਦਾ ਸਿੱਖੀ ਬਾਰੇ ਗੁਰਮਤਿ ਸਿਧਾਂਤਾਂ ਬਾਰੇ ਤੇ ਉਹ ਫਿਰ ਕੌਮ ਨਾਲ ਕਿਵੇਂ ਖੜਨਗੇ ਕੌਮ ਦਾ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਿਵੇਂ ਕਰਨਗੇ ਤੇ ਜਿਵੇਂ ਮਤਲਬ ਕਿ ਹੁਣ ਤੁਸੀਂ ਵੇਖੋ ਕਿ ਮੈਂ ਹੋਰ ਵੇਖ ਰਿਹਾ ਸੀ ਇੱਕ ਲੈਟਰ ਮੇਰੇ ਕੋਲ ਸਾਹਮਣੇ ਆਈ ਨੇ ਕੰਮ ਦੇਖੋ ਕਿਹੜੇ ਕਰਨੇ ਹੁੰਦੇ ਆ ਤੇ ਕੀਤਾ ਕੀ ਜਾ ਰਿਹਾ ਹੁਣ ਬੀਬੀ ਜਗੀਰ ਕੌਰ ਹੋਣਾ ਦੇ ਪ੍ਰਧਾਨਗੀ ਕਾਜ ਪਿੱਛੇ ਜੇ ਥੋੜੇ ਦਿਨ ਇੱਕ ਲੈਟਰ ਇਸ਼ੂ ਹੋਈ ਆ ਪ੍ਰਚਾਰਕਾਂ ਨੂੰ ਪ੍ਰਚਾਰਕਾਂ ਨੂੰ ਇਹ ਨਹੀਂ ਕਿਹਾ ਕਿ ਵੀ ਤੁਸੀਂ ਪਿੰਡ ਪਿੰਡ ਜਾ ਕੇ ਗੁਰੂ ਨਾਨਕ ਘਰ ਦੀ ਗੱਲ ਕਰਨੀ ਆ ਤੁਸੀਂ ਉੱਥੇ ਜਾ ਕੇ ਸਿੱਖੀ ਬਾਰੇ ਦੱਸਣਾ ਜਾਂ ਜਿਹੜਾ ਕਿਸਾਨੀ ਮੋਰਚਾ ਲੱਗਿਆ ਹੋਇਆ ਉਹਦੇ ਸੰਦਰਭ ਚ ਲੋਕਾਂ ਨੂੰ ਲਾਮਬੰਦ ਕਰੋ ਇਹ ਪ੍ਰਚਾਰਕਾਂ ਦੀ ਕੀ ਡਿਊਟੀ ਲਈ ਕਹਿੰਦੇ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕੂਲ ਕਾਲਜਾਂ ਘਾਟੇ ਚ ਚੱਲ ਰਹੇ ਆ ਇੱਕ ਪ੍ਰਚਾਰਕ ਘੱਟੋ-ਘੱਟ 10 ਜਵਾਕ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਚ ਲਵਾਵੇ। ਜੀ। ਪਰ ਆਹ ਕੰਮ ਪ੍ਰਚਾਰਕਾਂ ਨੂੰ ਦਿੱਤਾ ਜਾ ਰਿਹਾ ਵੀ ਪੈਸੇ ਇਨਕਮ ਬਤਾਓ ਕਿਵੇਂ? ਵੀ ਕਮਾਲ ਆ ਜੇ ਤੁਸੀਂ ਚੱਜਦੇ ਕੰਮ ਕਰੋਗੇ, ਚੰਗਾ ਸਟਾਫ ਭਰਤੀ ਕਰੋਗੇ, ਸਿੱਖੀ ਦੀ ਗੱਲ ਕਰੋਗੇ ਤੁਹਾਡੇ ਸਕੂਲਾਂ ਚ ਬੈਸੀ ਲੋਕਾਂ ਨੇ ਆਪਣੇ ਬੱਚੇ ਲਾ ਦੇਣੇ ਆ। ਹੁਣ ਇਹ ਕੰਮ ਪ੍ਰਚਾਰਕਾਂ ਨੂੰ ਦਿੱਤੇ ਜਾ ਰਿਹਾ ਕੀ ਕੰਮ ਚੱਲ ਰਿਹਾ? ਕੰਮ ਕੀ ਹੋਣਾ ਚਾਹੀਦਾ? ਲੜਾਈ ਪੰਜਾਬ ਕਿਹੜੀ ਲੜ ਰਿਹਾ? ਜਿਵੇਂ ਆਮਨੀਕ ਹਾਵਤ ਮਤਲਬ ਕਿ ਪਿੰਡ ਉੱਜੜਦਾ ਜਾਵੇ, ਪਿੰਡ ਨੂੰ ਅਕਲ ਕੀ ਕਮਲੀ ਨੂੰ ਗਿੱਧੇ ਦੀ ਕੌਣ ਕਿੱਥੇ ਪ੍ਰਚਾਰਕ ਦੀ ਡਿਊਟੀਆਂ ਇਸ ਪੱਖ ਤੋਂ ਤਾਂ ਲਾਉਂਦੇ ਵੀ ਭਾਈ ਕੱਲਾ ਕੱਲਾ ਪ੍ਰਚਾਰਕ ਪਿੰਡ-ਪਿੰਡ ਜਾ ਕੇ ਲਾਮਬੰਦ ਕਰੋ ਲੋਕਾਂ ਨੂੰ ਦਿੱਲੀ ਜਾਣ ਲਈ ਜਾਂ ਕਿਸਾਨੀ ਸੰਘਰਸ਼ ਵਿੱਚ ਖੜ੍ਹਣ ਲਈ ਜਾਂ ਜਿਹੜੇ ਆਰਐਸਐਸ ਦੇ ਮਾਰੂ ਹਮਲੇ ਕੀਤੇ ਜਾ ਰਹੇ ਆ ਉਹਨਾਂ ਦੇ ਖਿਲਾਫ ਲਾਮਬੰਦ ਕਰ ਲਈ ਤੇ ਪ੍ਰਚਾਰਕ ਦੀਆਂ ਡਿਊਟੀਆਂ ਲਾ ਰਹੇ ਵੀ ਸ਼੍ਰੋਮਣੀ ਕਮੇਟੀ ਦੇ ਸਕੂਲ ਕਾਲਜ ਘਾਟੇ ਜਾ ਰਹੇ ਆ ਵੱਧ ਤੋਂ ਵੱਧ ਹਰੇਕ ਪ੍ਰਚਾਰਕ ਦੀ ਆਫਰ ਕੋਡ ਇਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਪ੍ਰਚਾਰਕ 10 ਜਵਾਬਕ ਭਰਤੀ ਨਾ ਕਰਵਾਊਗਾ ਸਕੂਲ 'ਚ ਨਾਂ ਲਵਾਊਗਾ ਉਹਦੀ ਤਨਖਾਹ ਨਹੀਂ ਦੇਣੀ ਹੁਣ ਇਹੋ ਜਿਹਾ ਤਾਂ ਕੰਮ ਕਰ ਰਿਹਾ ਇਸ ਲਈ ਇਹਨਾਂ ਤੋਂ ਨਹੀਂ ਕੋਈ ਬਹੁਤੀ ਉਮੀਦ ਤੇ ਸਖ ਸਿੱਖ ਸੰਗਤ ਸਿਆਣੀ ਹੋਵੇ ਤੇ ਆਪ ਹੀ ਜਿਹੜਾ ਹੈ ਆਪ ਦਾ ਸਿਰ ਸਾਨੂੰ ਆਪ ਹੀ ਗੁੰਦਣਾ ਪੈਣਾ ਜੀ ਠੀਕ ਹੈ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਕੀਮਤੀ ਸਮਾਂ ਦੇਣ ਵਾਸਤੇ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ